ਅਸੀਂ ਆਪਣਾ ਤਜਾਜ ਤਾਂ ਛੱਡਣਾ ਜਿਹੜਾ ਅੱਗੋਂ ਗੌਰਮੈਂਟ ਨੇ 15% ਦਾ ਐਲਾਨ ਕੀਤਾ ਉਹਨਾਂ ਵੀ ਸਾਡਾ ਉਹ ਵੀ ਨਹੀਂ ਲਾਇਆ ਇਹਦੇ ਵਾਸਤੇ ਕਿ ਅਸੀਂ ਆ ਮਜ਼ਦੂਰ ਯੂਨੀਅਨ ਦੇ ਜਿੰਨੇ ਵੀ ਨੁਮਾਇੰਦੇ ਹਾਂ ਵਰਕਰ ਅਸੀਂ ਸਾਰੇ ਤਜਾਜ ਵਾਸਤੇ ਇਕੱਠੇ ਹੋਏ ਹਾਂ ਜਿੱਦਣ ਸਾਡਾ ਮਸਲਾ ਹੱਲ ਨਾ ਹੋਇਆ ਅਸੀਂ ਤਜਾਜ 'ਤੇ ਰਹਾਂਗੇ ਮਿਹਰਬਾਨੀ ਸ਼ੁਕਰੀਆ